ਸਰੀ ਵਿੱਚੋਂ ਵੇ ਤੇਰਾ ਮੂਸਾ ਵੀ ਟਰੰਕ ਉਹ ਜਿੰਨੀ ਹਾਈ ਪ੍ਰਾਂਤ ਦਾ ਮੈਂ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਲਖਵਿੰਦਰ ਸਿੰਘ ਜੀ। ਅੱਜ ਮੇਰੇ ਚੈਨਲ 'ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਦਾ ਬਟਨ ਦਬਾ ਦਿਓ ਤਾਂ ਜੋ ਵੀਡੀਓ ਦੀ ਆਉਣ ਵਾਲੀ ਨਵੀਂ ਤੋਂ ਨਵੀਂ ਨੋਟੀਫਿਕੇਸ਼ਨ ਆਪ ਜੀ ਤੱਕ ਪਹੁੰਚ ਰਹੀ ਹੈ। ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਆਏ ਹਾਂ ਉਹ ਸਿੱਧੂ ਮੂਸੇਵਾਲੇ ਜੀ ਦੀ ਸਾਰੇ ਬਾਈ ਨੇ ਰੀਮਿਕਸ ਸੌਂਗ ਕਰਕੇ ਅਤੇ ਸਿੱਧੂ ਮੂਸੇਵਾਲੇ ਦਾ ਇੱਕ ਸੌਂਗ ਬਣਾਇਆ ਹੈ ਅਤੇ ਦੇਖਣਾ ਕਰਦੇ ਹਾਂ ਕਿਹੋ ਜਿਹਾ ਸੌਂਗ ਹੋਣਾ ਕਰਦਾ। ਇਹ ਰੀਮਿਕਸ ਕੀਤਾ ਬਾਈ ਨੇ, ਇਕੱਠੇ ਕੀਤੇ ਨੇ ਸਾਰੇ ਸੌਂਗ ਅਤੇ ਇਕੱਲਾ ਸਿੱਧੂ ਮੂਸੇਵਾਲਾ, ਨਾਲ ਹੋਰ ਕੋਈ ਸਿੰਗਰ ਐਡ ਨਹੀਂ। ਆਓ ਨਾਲ ਦੀ ਨਾਲ ਸੌਂਗ ਨੂੰ ਦੇਖਣਾ ਕਰਦੇ ਹਾਂ, ਨਾਲ ਦੀ ਨਾਲ ਸੌਂਗ 'ਤੇ ਰਿਐਕਸ਼ਨ ਕਰਦੇ ਹਾਂ, ਉਸ ਸੌਂਗ ਨੂੰ ਦੇਖਣਾ ਕਰਦੇ। ਤੈਨੂੰ ਪਤਾ ਯਾਰ, ਵਾਹ ਜੀ ਵਾਹ, ਮੈਂ ਵੀ ਦਿਲਦਾਰੀ ਮਾੜਾ। ਤੈਨੂੰ ਮੰਨੇ ਅਸਤਾ ਦੀ ਮੰਡੀ ਅੱਜ ਦੀ ਜੱਟੀ ਰੱਬ ਮਨ ਬੈਠੀ ਉਹ ਤੋਂ ਪੁੱਛ ਤਾਂ ਸਹੀ, ਬਾਕੀ ਆਉਣ ਦਾ ਟਰੈਕ ਸਭ ਕਰ ਦਊਂਗੀ ਮੂੰਹ ਪਿਆਰ ਵਾਲੇ ਬੋਲ ਬੋਲ ਕੁਛ ਤਾਂ ਸਹੀ। ਮੈਂ ਚੁੱਪ ਕਰਾਂ ਨਾ ਤੇ ਉਹ ਨਹੀਂ ਬੋਲਦਾ, ਕਦੇ ਕਦੇ ਮੇਰੀ ਗੱਲ ਵੀ ਨਹੀਂ ਕੋਲਦਾ, ਸੌ ਕਰ ਦਿੱਤਾ ਇੱਕ ਮਸਾ ਚੱਕਦਾ ਕੱਟ ਪੁੰਦਾ ਏ ਜਵਾਬ ਮੇਰੀ ਕੋਲ। ਵੇ ਤੂੰ ਉੜ ਜੇ ਅੱਜ ਤਾਂ ਪਣ ਹੈ ਫਟ ਗਿਆ ਜਿਹੜੀ ਕਦੇ ਵੀ ਨਾ ਹੋਣੀ ਮੈਥੋਂ ਚੀਜ਼ ਮੇਰੀ ਵੇ। ਮੇਰਾ ਗੋਰਾ ਰੰਗ ਰੂਪ ਤੈਨੂੰ ਸਭ ਦਾ ਹੀ ਨਾ ਕਾਸ਼ ਹੁੰਦੀ ਵੇ, ਮੈਂ ਕਾਲੀ ਕਾਲੀ ਰੇਂਜ ਤੇਰੀ ਵੇ। ਸੱਚੀ ਆ, ਸੌਂਗ ਸੁਣ ਕੇ ਤੇ ਇੱਕ ਆਨੰਦ ਆ ਗਿਆ ਯਾਰ। ਇਸ ਚੀਜ਼ ਦਾ ਆਨੰਦ ਕੀ ਦੇਖੀਏ, ਇੱਕ ਯਾਰ ਇੱਕ ਦੇਖੇ ਸੌਂਗ ਦੇਖ ਕੇ ਅੱਜ ਵੀ ਮਹਿਸੂਸ ਹੁੰਦਾ ਕਿ ਕਿਸ ਤਰ੍ਹਾਂ ਆ ਜਿਹੜਾ ਮਹੀਨੇ ਗੁਜ਼ਰ ਗਏ ਨੇ। ਨਵੰਬਰ 'ਚ ਜਿਵੇਂ ਵਿਆਹ ਸੀ ਉਹਦਾ, ਅਤੇ ਵਿਆਹ ਦੇ ਸੰਬੰਧ 'ਚ ਵੀ ਸੌਂਗ ਕੱਢੇ ਸੀ ਬਾਈ ਨੇ ਆਪਣੇ, ਅਤੇ ਇੱਕ ਯਾਰ ਮਾਪਿਆਂ ਦਾ ਵੀ ਇੱਕ ਅਰਮਾਨ ਸੀ, ਉਹਦੇ ਵੀ ਅਰਮਾਨ ਸੀ ਸਿੱਧੂ ਮੂਸੇਵਾਲੇ ਦੇ, ਅਤੇ ਮਾਪਿਆਂ ਦੇ ਵੀ ਅਰਮਾਨ ਦੇ ਸੀ ਕਿ ਸਾਡੇ ਘਰ ਦੇ ਵਿੱਚ ਇੱਕ ਬਹੂ ਆਊਗੀ, ਅੱਗੇ ਬੱਚੇ ਹੋਣਗੇ, ਪੋਤਾ ਪੋਤੀ ਜੋ ਵੀ ਆ ਯਾਰ, ਇੱਕ ਡਰੀਮ ਆ, ਇੱਕ ਮਾਪਿਆਂ ਦਾ ਵੀ ਉਹਦਾ ਵੀ ਸੀ, ਪਰ ਕਈਆਂ ਨੇ ਉਹ ਡਰੀਮ ਕਹਿ ਲਈਏ ਕਿ ਇੱਥੋਂ ਦੇ ਸਿਸਟਮ ਕਹਿ ਸਕਦੇ ਹਾਂ, ਜਾਂ ਸਾਡੇ ਜਿਹੜੇ ਉਹਦੇ ਨਾਲ ਹੇਟਰ ਸੀ, ਜੈਲਸ ਫੀਲ ਕਰਦੇ ਸੀ, ਜਾਂ ਜਿਨ੍ਹਾਂ ਨੇ ਉਹਨੂੰ ਖਤਮ ਕਰਕੇ ਉਹ ਮਾਪਿਆਂ ਦੇ ਵੀ ਡਰੀਮ ਖੋਲ੍ਹੇ ਯਾਰ। ਅਤੇ ਸੱਚੀ ਬਾਈ ਨੇ ਗੱਲ ਇਸ ਗਾਣੇ ਦੇ ਵਿੱਚ ਗੱਲ ਕੀਤੀ ਹੈ ਕਿ ਜੇ ਮੈਂ ਸਰੀ ਤੋਂ ਆਉਣਾ ਤਾਂ ਤੇਰਾ ਵੀ ਟੋਰਾਂਟੋ ਤੱਕ ਮੂਸਾ ਜਿਹੜਾ ਪਿੰਡ ਹੈ ਨਾ ਹੈਬ ਰੱਖਦਾ ਹੈ। ਯਾਰ ਮੈਂ ਕਹਿੰਦਾ ਕਿ ਕੋਈ ਸਿੰਗਰ ਦਾ ਇਹੋ ਜਿਹਾ ਸ਼ਾਇਦ ਉਹੋ ਜਿਹਾ ਪਿੰਡ ਨਾ ਹੋਵੇ ਜਿਹੜਾ ਕਹਿ ਲਈਏ ਬਾਹਰੋਂ ਲੋਕ ਗੋਰੇ ਕਾਲੇ ਜਿਹੜੇ ਉਸ ਪਿੰਡ ਨੂੰ ਵੇਖਣ ਆ ਰਹੇ ਹੋਣ। ਦੇਖੀ ਯਾਰ ਮੂਸੇ ਪਿੰਡ ਦੇ ਵਿੱਚ ਹੁਣ ਗੋਰੇ ਕਾਲੇ, ਇੱਥੋਂ ਤੱਕ ਕਿ ਗੱਲ ਕੀਤੀ ਸੀ ਤੇਰੇ ਬੰਬੇ ਬੁੰਬੇ ਵਾਲੇ ਮੇਠੀਏ ਨਹੀਂ ਮੈਂ ਮੂਸੇ ਪਿੰਡ ਆਉਣ ਲਾ ਤੇ ਨਹੀਂ, ਅਤੇ ਉਹ ਵੀ ਬੰਬੇ ਬੁੰਬੇ ਵਾਲੇ ਵੀ ਮੂਸੇ ਪਿੰਡ ਕਹਿ ਲਈਏ ਕਿ ਸੰਜੇ ਦੱਤ ਜਾਂ ਹੋਰ ਕਈ ਜਿਹੜੀ ਇਹ ਮਿਲਣ ਵੀ ਵੇਖਣ ਆਉਂਦੇ ਨੇ,
ਮਿਲਣ ਆਉਂਦੇ, ਭਾਵੇਂ ਕਿ ਇੱਕ ਛਾਪ ਛੱਡ ਗਿਆ ਟੋਰਾਂਟੋ ਤੱਕ, ਸੱਚੀ ਮੂਸਾ ਬਣਾ ਗਿਆ ਵਾਈਬ, ਭਾਵੇਂ ਉਸ ਤਰੀਕੇ ਦੇ ਨਾਲ ਤਰੱਕੀ ਨੂੰ ਕਹਿ ਲਈਏ ਕਿ ਇੱਕ ਨਾਮ ਰੋਸ਼ਨ ਕਰ ਗਿਆ ਜਿਹੜਾ ਵਰਲਡ ਵਾਈਡ 'ਚ ਹੋ ਗਿਆ। ਹੋ ਸਕਦਾ ਕਿ ਕੋਈ ਪਿੰਡ ਦਾ ਇੰਡੀਆ ਦੇ ਵਿੱਚ ਹੋਰ ਕਿਸੇ ਪਿੰਡ ਦਾ ਵਰਲਡ ਵਾਈਡ ਨਾਮ ਨਾ ਹੋਵੇ, ਪਰ ਇੱਕ ਮੂਸਾ ਪਿੰਡ ਵਰਲਡ ਵਾਈਡ ਦੇ ਨਾਮ 'ਤੇ ਅੱਜ ਮਸ਼ਹੂਰ ਕਰਤਾ ਬੰਦੇ ਨੇ ਯਾਰ, ਇੱਕ ਛਾਪ ਛੱਡ ਗਿਆ, ਟ੍ਰੈਂਡ ਬਣਾ ਗਿਆ, ਉਹ ਦੌਰ ਆਇਆ ਸੀ, ਟ੍ਰੈਂਡ ਵੀ ਬਣਾ ਗਿਆ, ਦੌਰ ਵੀ ਚੱਲਿਆ ਉਹਦਾ, ਪਰ ਚੱਲਿਆ ਅਤੇ ਰੀਝ ਨਾਲ ਚੱਲਿਆ, ਅਗਲਾ ਹਿੱਕ ਠੋਕੇ ਤਾਣ ਕੇ ਚੱਲਿਆ ਯਾਰ ਬਾਈ। ਬਹੁਤ ਵਧੀਆ ਸੌਂਗ ਸੁਣ ਕੇ ਜਦੋਂ ਇਕੱਠਾ ਬਾਈ ਦਾ ਸੌਂਗ ਯੈਸ ਆਈ ਐਮ ਸਟੂਡੈਂਟ ਮੂਵੀ ਦਾ ਵੀ ਸੌਂਗ ਲਿਆ, ਸੋ ਬਹੁਤ ਵਧੀਆ ਸੌਂਗ ਲੱਗਾ ਜਦੋਂ ਬਾਈ ਨੇ ਇੱਕ ਰੀਮਿਕਸ ਕਰਕੇ ਇੱਕ ਸੌਂਗ ਨੂੰ ਬਣਾਇਆ ਨਾ, ਪਿਆਰਾ ਲੱਗਦਾ ਯਾਰ। ਸੋ ਇੱਕ ਸੁਪਨਾ ਸੀ ਕਿ ਅੱਜ ਹੁੰਦਾ ਅਤੇ ਬਹੁਤ ਕੁਝ ਕਰਨਾ ਸੀ ਯਾਰ ਉਹਦੇ ਬੰਦੇ ਨੇ। ਸੋ ਆਪ ਜੀ ਦੱਸਣਾ ਕਰਨਾ ਆਪਣੇ ਸੌਂਗ ਕਿਵੇਂ ਲੱਗਾ, ਆਪ ਜੀ ਨੇ ਮੇਰਾ ਦਿੱਤਾ ਹੋਇਆ ਰਿਐਕਸ਼ਨ ਕਿਵੇਂ ਦਾ ਲੱਗਾ। ਸੋ ਅਗਲੀ ਵੀਡੀਓ ਲੈ ਕੇ ਬਹੁਤ ਜਲਦੀ ਮਿਲਦੀ ਹੈ, ਉਹਦੇ ਲਈ ਸਤਿ ਸ਼੍ਰੀ ਅਕਾਲ, ਬਾਏ ਬਾਏ।